ਸਿੱਖਿਆ ਚੰਦ ਤੇ ਸੂਰਜ ਚੜ੍ਹਨਾ ਬੰਦੇ ਕੋਲ ਨਾ ਸਿੱਖਿਆ ਇਲਮਾਂ ਵਾਲੇ ਰਾਤ ਤੋਂ ਸਿਰ ਕੇ ਨਾਲ ਕਰਨ ਦੇ ਲਿਖਿਆ ਬੂਟੇ ਸੱਜੇ ਕਰਦੇ ਸਾਰੇ ਨਾਲ ਕਰਨ ਅਸਮਾਨ ਉੱਚੀਆਂ ਸ਼ਾਨਾਂ ਵਾਲੇ ਰੱਬ ਨੇ ਉੱਚੇ ਸਬਕ ਪੜ੍ਹਾਉਣ ਆਪ ਸਿਖਾਵੇ ਆਪ ਪੜ੍ਹਾਵੇ ਆਪ ਪੁੱਛੇ ਰਹਿਮਾਨ ਇਹ ਅੱਲਾਹ ਤਾਲਾ ਦਾ ਕਰਮ ਤੇ ਅੱਲਾਹ ਤਾਲਾ ਦੀ ਮਿਹਰਬਾਨੀ ਹੈ ਕਿ ਅਸਾਂ ਜੇ ਉਹਨਾਂ ਗਾਰਾ ਕੋਲੋਂ ਇਤਨਾ ਵੱਡਾ ਕੰਮ ਸਾਡੇ ਸਪੁਰਦ ਕੀਤਾ ਅਸੀਂ ਤਾਂ ਲਿਖਣੇ 'ਚ ਪਿੱਛੇ ਰਹੇ ਹਾਂ ਅਤੇ ਬੋਲੀ ਦੀ ਮੈਂ ਕਲਮ ਪੜ੍ਹਾਈ ਅਤੇ ਬੰਦ ਵਿੱਚ ਰੋਕ ਕੇ ਲਿਖਿਆ ਬਹੁਤ ਬੁੱਕੀਆਂ ਬਹੁਤੇ ਖਾਧੇ ਆਦਿ ਵੀ ਨਹੀਂ ਸਿੱਖਿਆ ਅਸਾਂ ਜਿਹੜਾ ਹੌਸਲਾ ਮਿਲਿਆ ਕਿ ਕੰਧਾਰਾ ਹਿੰਦਕੋ ਬੋਰਡ ਦੇ ਸੇਵਕ ਦੱਸਿਆ ਹੈ ਔਰ ਖਾਸ ਕਰ ਜਯਉਦੀਨ ਸਾਹਿਬ ਦੀ ਮੁਹੱਬਤ ਹਿੰਦਕੋ ਦੇ ਨਾਲ ਕਿ ਕਿੱਥੋਂ ਕਿੱਥੋਂ ਚੁਣ ਕੇ ਇਹਨਾਂ ਨੇ ਉਹ ਕਲਾਮ ਜਿਹੜੇ ਬਿਲਕੁਲ ਜ਼ਾਇਆ ਪਿਆ ਹੁੰਦੇ ਜਿਸ ਤਰ੍ਹਾਂ ਮਲਿਕ ਕਪੂਰ ਸਾਹਿਬ ਦਾ ਜ਼ਿਕਰ ਜਯਉਦੀਨ ਸਾਹਿਬ ਨੇ ਕੀਤਾ ਹੈ ਕਿ ਉਹ ਅਰਸੇ ਤੋਂ ਉਹਨਾਂ ਦਾ ਮੁਸੱਦਾ ਤਾਰੇ 'ਚ ਰੁਲਦਾ ਜਾ ਪਿਆ ਇਹਨਾਂ ਦਾ ਪਤਾ ਲੱਗਿਆ ਕਿ ਗਏ ਤੁਸੀਂ ਜਾ ਕੇ ਉਹਨਾਂ ਕੋਲੋਂ ਉਹ ਲਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ ਮੈਂ ਸਮਝਣਾ ਕਿ ਮੇਰੀ ਜ਼ਿੰਦਗੀ ਦਾ ਮਕਸਦ ਪੂਰਾ ਹੋ ਗਿਆ ਔਰ ਫਿਰ ਇਹਨਾਂ ਨੇ ਉਸਨੂੰ ਛਾਪਿਆ ਔਰ ਛਾਪੇ ਤੋਂ ਬਾਅਦ ਅੱਜ ਸਾਡੇ ਸਾਹਮਣੇ ਉਹ ਕੁਰਾਨ ਪਾਕ ਦੇ ਪੂਰੇ ਅਲਿਫ ਲਾਮ ਮੀਮ ਤੋਂ ਨਾਸ ਤੱਕ ਉਹ ਪੂਰਾ ਤਰਜਮਾ ਮੌਜੂਦ ਹੈ ਜਿਸ ਤਰ੍ਹਾਂ ਅਸੀਂ ਪੜ੍ਹ ਕੇ ਉਸ ਤੋਂ ਬੀਜ ਜਾਂਦੇ ਹਾਂ ਔਰ ਅਸਾਂ ਉਸ ਦੇ ਉੱਤੇ ਫਖਰ ਹੈ ਕਿ ਉਹ ਹਿੰਦਕੋ ਜ਼ਬਾਨ ਸੀ ਔਰ ਹਿੰਦਕੋ ਜ਼ਬਾਨ ਦੇ ਫਰੋਗ ਵਾਸਤੇ ਇੱਕ ਅੱਲਾਹ ਤਾਲਾ ਦਾ ਕਲਾਮ ਜਿਹੜਾ ਸਾਡੀ ਜ਼ਬਾਨ ਵਿੱਚ ਅਸਾਂ ਲਿਖਣਾ ਨਸੀਬ ਹੋਇਆ ਹੈ ਇਹ ਰਿਪੋਰਟ ਨਹੀਂ ਬਲਕਿ ਪੂਰੇ ਹਜ਼ਾਰੇ ਵਾਸਤੇ ਬਲਕਿ ਪੂਰੇ ਹਿੰਦਕੋ ਜ਼ਬਾਨ ਵਾਸਤੇ ਇੱਕ ਇਜ਼ਾਜ਼ ਹੈ ਕਿ ਕੁਰਾਨ ਪਾਕ ਅਸੀਂ ਹਿੰਦਕੋ ਜ਼ਬਾਨ ਵਿੱਚ ਪੜ੍ਹ ਸਕਦੇ ਇਸ ਦੇ ਨਾਲ ਮੈਂ ਇਹ ਸਮਝਣਾ ਕਿ ਹਿੰਦਕੋ ਦੇ ਫਰੋਗ ਵਾਸਤੇ ਮੇਰੇ ਜੈਸੇ ਗੋਸ਼ਾ ਨਸ਼ੀਨ ਮੈਂ ਦੱਸਾਂ ਕਿ ਅਸੀਂ ਬਾਹਰ ਆ ਗਏ ਔਰ ਇਸ ਵਕਤ ਇਸ ਆਲਮੀ ਕਾਨਫਰੰਸ ਦੇ ਸਟੇਜ ਤੋਂ ਮੇਰੇ ਜੈਸਾ ਬੰਦਾ ਵੀ ਬੋਲ ਰਿਹਾ ਔਰ ਮੈਂ ਸਮਝਣਾ ਕਿ ਜਿਸ ਵਕਤ ਹਰੀਪੁਰ ਦੀ ਤਾਰੀਖ ਲਿਖੀ ਜਾ ਸੀ ਇਹ ਜ਼ਰੂਰ ਇਸ ਕਾਨਫਰੰਸ ਦਾ ਜ਼ਿਕਰ ਹੋ ਸੀ ਮੈਂ ਸਭ ਸ਼ੁਰੂ ਕਰਾਇਆ ਸਾਹਿਬ